अस्सलाम वालेकुम आल बीरा अस्सलाम नो ते पुछ लिया गल सुन गल ओ तेरी मां दे मैं मुंह च लन पाया कुत्ती दे पुत्रा नहीं ये गल दा तू सारे नहीं अड़ी जा के भाई कुत्ती दे पुत्रा तेरी मां एडी गट्टी है जेड़ी तेनू हर पासे गल छड़दी मां दी छोलिया हैं बाकी बाबा जी टटिया दी भानू लन पाया अजकल तुहानू पता ही अपना फड्डा हो रहा अरीब खुसरी प्लस हमजी खुसरी प्लस सजावल खुसरी प्लस बिल्ला खुसरा। अच्छा ते वीर जी सब तो पहले मैं गल करांगा कि फड्डा है ना इहदा एक असूल है। अगर तुसी नॉन स्टॉप फड्डा करदे हो ना नॉन स्टॉप दे विच हिसाब हुंदा है कि भाई जिहड़ा नस गया या जिहड़ा फरार हो गया ਉਹ ਹਾਰ ਗਿਆ ਇਹ ਨਾਨ ਸਟਾਪ ਦਾ ਸੂਨ ਠੀਕ ਹੈ ਠੀਕ ਹੈ ਅਸੀਂ ਵੀ 2009 ਤੋਂ ਇੱਥੇ ਫੇਸਬੁੱਕ ਤੇ ਆ ਟੱਡਿਆਂ ਦੀ ਭਾਲੂ ਲੁੱਲ ਦੇ ਰੇ ਜੇ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਖੋਤੀ ਦੇ ਪੁੱਤਰ ਨਾ ਉਸ ਦਿਹਾੜੇ ਮੈਂ 2 ਘੰਟੇ ਟਾਈਪਿੰਗ ਕੀਤੀ 2 ਘੰਟੇ 12 ਮਿੰਟ ਮੈਂ ਟਾਈਪਿੰਗ ਕੀਤੀ ਠੀਕ ਹੈ ਠੀਕ ਹੈ ਮੈਂ ਇਹਦੇ ਨਾਲ ਮੈਂ ਤੁਹਾਨੂੰ ਵੀਡੀਓ ਬਾਹਵਾਂਗਾ ਠੀਕ ਹੈ ਤੁਹਾਡੇ ਸਕਰੀਨ ਤੇ ਸ਼ੋ ਹੋ ਰਹੀ ਹੋਣੀ ਤੇ ਮੈਂ 2 ਘੰਟੇ ਜਿਹੜਾ ਹੈ ਨਾ ਇਹਦਾ ਨਾਮ ਲੈ ਕੇ ਗੁਜ਼ਾਰ ਕੀਤਾ ਠੀਕ ਹੈ ਠੀਕ ਹੈ 2 ਘੰਟੇ ਦੀ ਵੀਡੀਓ ਵੀ ਮੈਂ ਅਪਲੋਡ ਕੀਤੀ ਹੈ ਫਿਰ ਇਹ ਫਰਾਰ ਵੀ ਹੋਇਆ ਫਿਰ ਅਰੀਬ ਖੁਸਰੇ ਦੀ ਆਈਡੀ 'ਚ ਆਇਆ ਅਰੀਬ ਖੁਸਰੇ ਨਾਲ ਮੇਰਾ ਫੱਡਾ ਹੋ ਰਿਹਾ ਸੀ ਉਦੋਂ ਅਰੀਬ ਖੁਸਰਾ ਵੀ 1 ਘੰਟੇ ਤੇ 13 ਮਿੰਟਾਂ ਵਿੱਚ ਫਰਾਰ ਹੋਇਆ ਠੀਕ ਹੈ ਗੱਲ ਇਹ ਫਰਾਰ ਕਰਨਾ ਠੀਕ ਹੈ ਤੇ ਬਾਕੀ ਇਹ ਕਿ ਅਸੀਂ ਟਾਈਪਰ ਆ ਤੇ ਟਾਈਪ ਕਰ ਸਕਦੇ ਹਾਂ ਅਸੀਂ ਤੁਸੀਂ ਸਾਡੇ ਅੱਗੇ ਮੇਰੇ ਅੱਗੇ ਤੁਸੀਂ ਆਪਣੀ ਮਾਂ ਦਾ ਫੁੱਦਾ ਲਿਆ ਕੇ ਪੇਸ਼ ਕਰ ਦੋਗੇ ਨਾ ਕਿ ਵੀ ਅੰਸ਼ੂ ਵੀ ਉਹਦਾ ਟਾਈਪਿੰਗ ਕਰਕੇ ਬਾਹਰ ਤੇ ਮੈਂ ਤਾਂ ਵੀ ਤੁਹਾਡੀ ਮਾਂ ਦੇ ਭੂਸੇ ਨੂੰ ਕੀ ਬੋੜੀ ਸਮਝ ਲੈਣਾ ਬਈ ਠੀਕ ਹੈ ਬਾਕੀ ਇਹ ਕਿ ਇਹਨਾਂ ਦੋਆਂ ਦੀ ਭਾਨ ਨੂੰ ਲੰਨ ਬਲਕਿ ਚਾਰਾਂ ਦੀ ਭਾਨ ਨੂੰ ਲੰਨ ਤੇ ਗੱਲ ਇਹ ਵੀ ਕਿ ਇਹਨਾਂ ਸਾਰਿਆਂ ਦੀ ਵੀਡੀਓ ਮੋਬਾਈਲਾਂ ਦੇ ਯਾਨੀ ਕਿ ਇਹਨਾਂ ਦੀ ਟਾਈਮਲਾਈਨ 'ਚ ਜਿਹੜੀ ਵੀਡੀਓ ਅਪਲੋਡ ਹੁੰਦੀ ਹੈ ਇਹਨਾਂ ਦੀ ਮਾਂ ਦੇ ਮੈਂ ਸੱਜੇ ਤੇ ਲੰਨ ਮਾਰਾਂ ਉਹ ਸਾਰਿਆਂ ਦੇ ਥੱਲੇ ਆਈਕਾਨ ਇੱਕ ਹੀ ਕਿਉਂ ਹੁੰਦੇ ਨੇ ਹੈ ਤੁਹਾਡੀਆਂ ਮਾਵਾਂ ਜੁੜਵਾ ਹਨ ਜਾਂ ਤੁਹਾਡੀਆਂ ਮਾਵਾਂ ਇਕੱਠਾ ਝੂਠਾ ਮਰਵਾਉਂਦੀਆਂ ਰਹੀਆਂ ਨੇ ਜਿਹੜੇ ਤੁਹਾਡੇ ਆਈਕਾਨ ਹੀ ਸੇਮ ਹੋਣੇ ਕੁੱਤੀ ਦੇ ਪੁੱਤਰੋ ਭੈਣ ਦੀ ਛੋਲੀ ਆ ਗਈ ਤੁਸੀਂ ਆ ਕੇ ਫੇਸਬੁੱਕ ਤੇ ਕਰੋਗੇ ਬਦਮਾਸ਼ੀਆਂ ਵੀ 4-4 ਹਜ਼ਾਰ ਪੀਸੀ ਲੈ ਕੇ ਮੈਂ ਤੁਹਾਡੀ ਮਾਂ ਦੇ ਸੰਜੇ ਚ ਪਨਾਹ ਨਾ ਲਈ ਆਗਾ ਕੁੱਤੀ ਦੇ ਪੁੱਤਰੋ ਭੈਣ ਨੂੰ ਲੰਨ ਲੈਣੇ ਵੱਡੇ ਬਦਮਾਸ਼ ਕੁੱਤੀ ਦੇ ਪੁੱਤਰ ਤੇ ਉਸ ਤੋਂ ਬਾਅਦ ਜਿਹੜਾ ਜਨਾ ਮੈਂ ਉਸ ਤੋਂ ਬਾਅਦ ਇਹ ਗੱਲ ਕਰਾਂਗਾ ਕਿ ਕੋਈ ਵੀ ਗੱਲ ਹੈ ਨਾ ਜਦੋਂ ਮੈਂ ਫੱਡਾ ਕਰ ਰਿਹਾ ਹਾਂ ਮੈਂ ਇਹਨਾਂ ਸਾਰ ਚਾਰਾਂ ਟੱਟਿਆਂ ਦਾ ਇੱਕ ਸਾਫ ਬੜਾ ਲਾ ਇਹਨਾਂ ਨੇ ਮੈਂ ਫੱਡਾ ਕਰਦਾ ਹੋਵਾਂਗਾ ਨਾ ਤੇ ਇਹ ਕੋਈ ਨਾ ਕੋਈ ਬਹਾਨਾ ਪਾਈ ਜਾਣਗੇ ਠੀਕ ਹੈ ਠੀਕ ਹੈ ਤੁਹਾਡੀ ਸਕਰੀਨ ਉੱਤੇ ਮੇਰੀ ਵੀਡੀਓ ਸ਼ੋ ਹੋਏਗੀ ਆਪਣਾ ਧਿਆਨ ਨਾ ਵੇਖ ਲਿਆ ਵੀਰ ਜੀ ਜਾਂ ਜੋ ਵੀ ਹੋ ਧਿਆਨ ਨਾਲ ਇਹ ਚੈੱਕ ਕਰਿਆ ਜੇ ਕਿ ਇਹ ਖੁਸਰਾ 2 ਘੰਟੇ ਦੀ ਵੀਡੀਓ ਦੇ ਵਿੱਚ ਇੱਕ ਹਿਸਾਬ ਦੇ ਨਹੀਂ ਕੋਈ ਲਾ ਲਓ ਯਾਰ ਇਹਦੇ ਮੈਂ ਗੱਲ ਹੀ ਕਰ ਦਿੰਦਾ ਚਲੋ ਮੈਂ ਅੱਜ ਕਰ ਹੀ ਦੇ ਕਿਉਂਕਿ ਇਹ ਨਿੱਕੇ ਟੱਟੇ ਚਲੋ ਠੀਕ ਹੈ ਮੰਨ ਲਿਆ ਇਹਦੇ 2 ਮੈਸੇਜ ਇਕੱਠੇ ਆਏ ਨੇ ਠੀਕ ਹੈ ਕੋਈ ਫਰਕ ਨਹੀਂ ਪਿਆ ਸਕਰੀਨ ਤੇ ਸ਼ੋ ਹੋਏਗਾ ਅਗਰ ਮੈਂ ਬਹਾਨੇਬਾਜ਼ ਹੁੰਦਾ ਨਾ ਤੇ ਮੈਂ ਉੱਥੇ ਬਹਾਨਾ ਲਾ ਕੇ ਟੁੱਟ ਜਾਂਦਾ ਜੀ ਇਹ ਲੌਂਡਰ ਮਾਰਦਾ ਪਿਆ ਠੀਕ ਹੈ ਜਾਂ ਸੀਪੀ ਮਾਰਦੀ ਸੀ ਲੇਕਿਨ ਮੈਂ ਨਹੀਂ ਗਿਆ ਮੈਂ ਆਨ ਵੀਡੀਓ ਇਸ ਵਾਸਤੇ ਬੈਠਾ ਰਿਹਾ ਵਾ ਕਿਉਂਕਿ ਮੇਰਾ ਲੈਵਲ ਮੈਂ ਆਨ ਵੀਡੀਓ ਬੈਠਾ ਰਿਹਾ ਤੇ ਮੈਂ ਇਹਦੇ ਨਾਲ ਫਾਈਟ ਫੇਰ ਵੀ ਕਰਦਾ ਰਿਹਾ ਲੱਗ ਮੈਂ ਸਿਰਫ ਸਕਰੀਨ ਤੇ ਸ਼ੋ ਕਰਾਇਆ ਮੈਂ ਕਿਹਾ ਜੀ ਇਹਦਾ ਜਾਂ ਪੀਸੀ ਜਾਂ ਲੈਪਟਾਪ ਉਹ ਹੈ ਠੀਕ ਹੈ ਮੈਂ ਇਹ ਗੱਲ ਉਹ ਤੁਹਾਡੀ ਮਾਂ ਦੇ ਮਾਮਿਆਂ ਜਾਂ ਲੰਨ ਪਾਇਆ ਭੈਣ ਨੂੰ ਲੁੱਲ ਨਾ ਤੁਹਾਡੀ ਮਾਂ ਐਡੀ ਵੀ ਗਸ਼ਤੀ ਹੈ ਕੁੱਤੀ ਦੇ ਪੁੱਤਰ ਮਾਂ ਦੀ ਛੋਲੀ ਹੈ ਤੁਸੀਂ ਫਾਈਟਰ ਹੋ ਤੁਸੀਂ ਮੇਰੇ ਲੁੱਲ ਦੇ ਫਾਈਟਰ ਹੋ ਭੈਣ ਦੀ ਲੋਲੀ ਲੈਣੇ ਕੁੱਤੀ ਦੇ ਪੁੱਤਰ ਤੇ ਉਸ ਤੋਂ ਬਾਅਦ ਤੁਹਾਡੀ ਸਕਰੀਨ ਇੱਥੇ ਸਕਰੀਨ ਉੱਤੇ ਇਹ ਵੀ ਸ਼ੋਅ ਹੋਏਗਾ ਇਹਨਾਂ ਦਾ ਆਈਡੀ ਯੂਜ਼ਰ ਪ੍ਰੂਫ ਜਿਹੜਾ ਹੈ ਨਾ ਉਹ ਦਿਖਾਇਆ ਸੀ ਯਾਰ ਮੈਨੂੰ ਇੱਕ ਗੱਲ ਦੱਸੋ ਆਈਡੀ ਯੂਜ਼ਰ ਪ੍ਰੂਫ ਇਹਨਾਂ ਸਾਰਿਆਂ ਦੀ ਆਈਡੀ ਦੇ ਯਾਨੀ ਕਿ ਲਾ ਲਓ ਕਿ ਇੱਕ ਹੀ ਲੈਪਟਾਪ ਕਿਉਂ ਯੂਜ਼ ਹੁੰਦਾ ਹੈ
ਭੈਣ ਦੀ ਫੁੱਦੀ ਆਵੇ ਤੁਹਾਡੀ ਚਾਰਾਂ ਦੀਆਂ ਮਾਵਾਂ ਕੀ ਇਕੱਠੀਆਂ ਕਿਸ਼ਤੀਆਂ ਪੈਦਾ ਹੋ ਜਾਣਗੇ ਤੁਹਾਡੀ ਤੁਹਾਡੇ ਲੈਪਟਾਪ ਚ ਆਈ ਕਾਰਡ ਵੀ ਇੱਕ ਵਰਗੇ ਹੋ ਗਏ ਕੁੱਤੀ ਦੇ ਪੁੱਤਰੇ ਜਾਂ ਫੇਸਬੁੱਕ ਤੇ ਆ ਕੇ ਮਾਂ ਨੂੰ ਲੁੱਲ ਲੈਣਿਓ ਤੁਸੀਂ ਇੱਕ ਦੂਜੇ ਦੀ ਆਈਡੀਆਂ ਯੂਜ਼ ਕਰਦੇ ਹੋ ਕੁੱਤੀ ਦੇ ਪੁੱਤਰੋ ਕਾਰਡ ਤੇ ਬਣਾ ਲਓ ਪਹਿਲਾਂ।